ਦੁੱਲੋ ਦੀ ਅਗਰ ਗੱਲ ਕਰੀਏ ਤੇ ਸ਼ਮਸ਼ੇਰ ਸਿੰਘ ਦੁੱਲੋ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਹਾਲਾਂਕਿ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਟਕਸਾਲੀ ਕਾਂਗਰਸੀ ਹੈ ਔਰ ਕਾਂਗਰਸੀ ਰਹਿਣਗੇ ਇਹਨਾਂ ਦੇ ਪਰਿਵਾਰ ਦਾ ਜਿਸ ਤਰ੍ਹਾਂ ਦਾ ਜੋ ਸਮਿਕਰਣ ਵੇਖਣ ਨੂੰ ਮਿਲਿਆ ਜਾਂ ਜਿਸ ਤਰ੍ਹਾਂ ਦੇ ਸਟੈਪ ਉਹਨਾਂ ਦੇ ਵੇਖਣ ਨੂੰ ਮਿਲੇ ਉਹਨਾਂ ਦੀ ਨਿੱਜੀ ਰਾਏ ਹੈ ਉਹਦੇ ਨਾਲ ਇਹਨਾਂ ਦਾ ਕੋਈ ਵੀ ਸਰੋਕਾਰ ਨਹੀਂ ਹੈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਹਿੰਦੇ ਨਜ਼ਰ ਆ ਰਹੀ ਹੈ ਲੇਕਿਨ ਦੁੱਲੋ ਸਾਹਿਬ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਦਾ ਦੌਰ ਸਰਗਰਮ ਹੈ ਲਾਲ ਸਿੰਘ ਜੀ ਦੀ ਬਿਆਨਬਾਜ਼ੀ ਦੀ ਗੱਲ ਕਰੀਏ ਜਾਂ ਹੋਰ ਬਿਆਨਬਾਜ਼ੀਆਂ ਜਿਸ ਤਰ੍ਹਾਂ ਦੇ ਨਿਕਲ ਕੇ ਸਾਹਮਣੇ ਆ ਰ ਪਹਿਲੀ ਗੱਲ ਤਾਂ ਸਰਦਾਰ ਲਾਲ ਸਿੰਘ ਨੂੰ ਕਿਸੇ ਦਾ ਟੂਲ ਬਣ ਕੇ ਨਹੀਂ ਚੱਲਣਾ ਚਾਹੀਦਾ। ਪ੍ਰਾਣਾ ਬੰਦਾ ਹੈ। ਪਰ ਮੈਂ ਸਮਝਦਾ ਕਿ ਬਰਿਆਲੇ ਦੇ ਜੰਮੇ ਪੜੇ ਹੋਣ ਕਰਕੇ ਅਜੇ ਉਹ ਆਜ਼ਾਦੀ ਤੋਂ ਪਹਿਲਾਂ ਰਾਜੇ ਮਹਾਰਾਜਿਆਂ ਦਾ ਪ੍ਰਭਾਵ ਅਜੇ ਗਿਆ ਨਹੀਂ ਇਹਨਾਂ ਤੇ। ਅਜੇ ਇਹਨਾਂ ਦੇ ਇਹ ਗੁਲਾਮੀ ਹੈ, ਇਹ ਦਰਬਾਰੀ ਦੀ ਤਰ੍ਹਾਂ ਪੇਸ਼ ਆਉਂਦੇ ਨੇ। ਬੇਸ਼ੱਕ ਬੜੇ ਆਉਦੇ ਇਹਨਾਂ ਨੇ ਮਾਣ ਲਏ ਪਰ ਅੱਜ ਵੀ ਇਹ ਜੀ ਹਜ਼ੂਰੀ ਕਰ ਬਹੁਤੀ ਕਰਦੇ ਨੇ। ਇਹ ਲੋਕਾਂ ਦੀ ਜੇ ਤਰਜਮਾਨੀ ਕਰਨ ਦੀ بجائے ਜੀ ਹਜ਼ੂਰੀ ਜ਼ਿਆਦਾ ਕਰਦੇ ਨੇ ਉਹਦੇ ਲਈ ਇਹ ਉਹਦੇ ਲੈਂਦੇ ਨੇ ਉਹਦੇ ਮਿਲਦੇ ਨੇ ਕਿਸ ਦੀ ਜੀ ਹਜ਼ੂਰੀ ਕਰ ਰਹੇ ਨੇ ਕਿਸ ਤੋਂ ਉਹਦੇ ਲੈਣ ਰਹੇ ਸਾਲਿਆਂ ਨੂੰ ਪਤਾ ਹੈ ਕੌਣ ਪਾਵਰਫੁਲ ਆਦਮੀ ਹੈ ਕਿਹਦੇ ਕਹੇ ਤੇ ਇਹ ਕਰਦਾ ਹੈ ਕਿਉਂਕਿ ਅੱਗੇ ਮੈਂ ਸਮਝਦਾ ਕਿ ਜਦੋਂ ਮੈਂ ਪ੍ਰੈਜ਼ੀਡੈਂਟ ਬਣਿਆ ਮੈਨੂੰ ਪ੍ਰੈਜ਼ੀਡੈਂਟ ਨਹੀਂ ਇਹਨਾਂ ਲੋਕਾਂ ਨੇ ਸਮਝਿਆ ਕਾਂਗਰਸ ਦਾ ਪ੍ਰਣਾਲ ਮੈਨੂੰ ਬਣਾਇਆ ਸੀ ਪਰ ਇਹਨਾਂ ਨੇ ਮੈਨੂੰ ਸਾਇਬੋਟੇਜ ਕੀਤਾ ਮੈਨੂੰ ਮੇਰੇ ਤੇ ਕਰੋੜਾਂ ਕਰੋੜ ਰੁਪਏ ਖਿਲਾਫ ਖੜਾ ਤੇ ਪੋਲੀਟਿਕਲ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਖਿਲਾਫ ਸਾਜਸ਼ਾ ਕਰਦੇ ਨੇ ਹੁਣ ਵੀ ਸਾਜਸ਼ਾ ਚ ਜਾਏ ਔਰ ਲਾਲਸਾ ਨੂੰ ਮੋੜਾ ਪਨਾਇਆ ਜਾ ਰਿਹਾ ਤੇ ਹੁਣ ਜਿਸ ਤਰ੍ਹਾਂ ਨਾਲ ਟਿਕਟਾਂ ਦਾ ਅਵੰਟਨ ਹੋਇਆ ਸੀ ਤੇ ਤੌਰ ਤੇ ਬੜਾ ਵਿਰੋਧ ਵੀ ਕਾਂਗਰਸੀ ਧੜੇ ਦੇ ਅੰਦਰ ਵੇਖਣ ਨੂੰ ਮਿਲਿਆ ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਣਾ ਹੈ ਸਾਡੇ ਲੀਡਰ ਅਮੀਰਾਂ ਦੇ ਖਿਲਾਫ ਗੱਲਾਂ ਕਰਦੇ ਨੇ ਕਰਦੇ ਨੇ ਆਪ ਕਰੋੜਪਤੀਆਂ ਨੂੰ ਟਿਕਟਾਂ ਦਿੰਦੇ ਨੇ ਤੁਸੀਂ ਕਰੋਸ ਆਰੋਪਪਤੀ ਉਹਨਾਂ ਨੂੰ ਕੋਲੋਨਾ ਨੂੰ ਮਾਪਦੇ ਨੇ ਕਿੰਨੇ ਕਰੋੜ ਲਾ ਦੂਗਾ ਇਹ ਵਰਕਰ ਦੀ ਵਰਕ ਨਹੀਂ ਨਹੀਂ ਦੇਖਣੀ ਇਹ 45 ਸਾਲ ਦਾ ਵਰਕਰ ਹੈ ਇਹ ਜੇਲ੍ਹ ਚ ਗਿਆ ਹੈ ਇਹ ਅਤਵਾਦ ਦਾ ਪੀੜਤਾ ਹੈ ਇਹਨੇ ਅਤਵਾਦ ਦੇ ਖਿਲਾਫ ਲੜਾਈ ਲੜੀ ਹੈ ਉਹਨਾਂ ਨੂੰ ਤਾਂ ਹੀ ਜਨੋਰ ਕੀਤਾ ਜਿਹੜੇ ਟਕਸਾਲੀ ਤੀ ਕਈ ਕਈ ਸਾਫ ਦਾ ਫਾਦਰ ਮਾਰਿਆ ਸੰਤੋਸ਼ ਚੌਧਰੀ ਤਿੰਨ ਵਾਰ ਐਮਪੀ ਦੇ ਹੀ ਮਨਿਸਟਰ ਰਹੀ ਉਹ ਬੜਤੀ ਉਹਦੇ ਘਰ ਵਾਲੇ ਨੂੰ ਪਹਿਲਾਂ ਟਿਕਣ ਨਹੀਂ ਦਿੱਤਾ ਉਹ ਮਰ ਗਿਆ ਵਿਚਾਰਾ ਹੌਕੇ ਨਾਲੇ ਉਹ ਮਰਿਆ ਨਹੀਂ ਉਸ ਆਲੇ ਲੀਡਰਾਂ ਨੇ ਮਾਰਿਆ ਇਹਨਾਂ ਲੋਕਾਂ ਨੂੰ ਚਨਜੀਤ ਚੰਨੀ ਆਜੋ ਅਰਜਿੰਦਰ ਗੌਰ ਭੱਟਲ ਉਹਨੂੰ ਟਿਕਣ ਨਹੀਂ ਦਿੱਤੀ ਸੰਗਰੂਰ ਤੋਂ ਮੰਨ ਦਿੱਤੀ ਇਹ ਜੋ ਬਾਦਲੀ ਲੀਡਰ ਕੋਈ ਐਮਐਲਏ ਦੇ ਘਰ ਵਾਹ ਤੇ ਇੱਕ ਅੱਧੀ ਫੈਮਿਲੀ ਰਹਿ ਗਈ ਉਹ ਕahan ਨੂੰ ਵਜੂ ਪਰ ਲੋਕ ਮੈਂ ਸਮਝਦਾ ਲੋਕ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੌਣ ਨੇ ਇਹ ਲੋਕ ਕਿਸ ਸਰਾਂ ਦੇ ਨੇ ਕਿਸ ਵਤੀਰੇ ਵਾਲੇ ਨੇ ਲੋਕਾਂ ਨੂੰ ਹੋਣਾ ਚਾਹੀਦਾ ਵੋਟਰਾਂ ਨੂੰ ਜਾਗਰੂਕ ਹੋਣਾ ਚਾਹੀਦਾ ਜੀ ਸਾਹਿਬ ਕੰਗੇ ਬੰਦਿਆਂ ਦੀ ਸਪੋਰਟ ਕਰਨੀ ਚਾਹੀਦੀ ਜੀ ਸਾਹਿਬ ਇਹ ਕਿਹਾ ਗਿਆ ਕਿ ਇੱਕ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਨੇ ਟਿਕਟਾਂ ਫਾਈਨਲ ਕੀਤੀਆਂ ਤੁਹਾਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਜਾਂ ਫਿਰ ਆਸ਼ਾ ਕੁਮਾਰੀ ਦੀ ਗੱਲ ਕਰੀਏ ਉਹ ਜਿਹੜੇ ਵਰਕਰ ਹੈ ਉਹਨਾਂ ਦੀ ਗੱਲ ਨੂੰ ਹਾਲਾ ਕਮਾਨ ਤੱਕ ਨਹੀਂ ਪਹੁੰਚਾ ਪਾਏ ਔਰ ਕੇਵਲ ਜਿਹੜੇ ਕੁਝ ਨਾਂ ਪਹਿਲਾਂ ਹੀ ਚੈਨਿਤ ਹੋਏ ਸੀ ਉਸੇ ਨੂੰ ਉੱਪਰ ਤੱਕ ਪਹੁੰਚਾਇਆ ਗਿਆ ਮੈਂ ਮੈਂ ਜੋ ਕਹਿ ਰਿਹਾ ਹਾਂ ਹਾਈ ਕਮਾਂਡ ਨੂੰ ਸਹੀ ਫੀਡਬੈਕ ਨਹੀਂ ਦਿੱਤੀ ਇਹਨਾਂ ਲੋਕਾਂ ਨੇ ਔਰੇ ਦੇ ਕਰਕੇ ਲੋਕਾਂ ਚ ਵਰਕਰਾਂ ਨੂੰ ਨਹੀਂ ਪੁੱਛਿਆ ਗਿਆ ਇਹ ਲੀਡਰਾਂ ਨੇ ਆਪਸੇ ਬੈਠ ਕੇ ਇਹ ਮੇਰਾ ਹੈ ਤੇਰਾ ਜਿਆਦਾ ਕੋ ਕੋਰੋੜਪਤੀ ਤੋਂ ਛਲੇ ਕੋਈ ਬਣੀ ਜਿਹੜਾ ਇਲੈਕਸ਼ਨ ਲੜ ਰਿਹਾ ਕੋਈ ਬਣੀ ਦੇਖੋ ओबीसी ਦੀ ਆबादी ਐਥੇ 25% ਬਾਰਮੀ ਕੀ ਭਰਾਵਾਂ ਦੀ ਹੈ 9% ਇੱਕ ਕਮਿਊਨਿਟੀ ਰਿਗਰਡ ਦਿੰਦਾ ਇਹਨਾਂ ਨੂੰ ਕਿਉਂ ਬਈ ਇੱਕ ਹਿੰਦੂ ਹੈ ਇੱਕ ਹਿੰਦੂ ਨੂੰ ਰਿਗਰਡ ਦਿੰਦਾ ਆਵਾਜ਼ ਦੇ ਕਿੰਨੀਆਂ ਹਿੰਦੂਆਂ ਦੀ ਇਸੇ ਇੱਕ ਉਹ ਵੀ ਦਿੱਲੀ ਬੇਸ ਐ ਮਾਫ ਕਰਨਾ ਉਹ ਵੀ ਦਿੱਲੀ ਬੇਸ ਦਾ ਨਾ ਕਾਰਨ ਆਧਾਰ ਨਾ ਕੋ ਹੋਰ ਹੈ ਇਹ ਫਿਰ ਫੀਡਬੈਕ ਜਿਹੜਾ ਇਸ ਨੂੰ ਤੁਸੀਂ ਪਾਰਟੀ ਵਾਲਾ ਕਮਾਨ ਤੱਕ ਪਹੁੰਚਾਉਣ ਦਾ ਕੰਮ ਕਰੋਗੇ ਨਹੀਂ ਪਾਰਟੀ ਨੂੰ ਪਹਿਲਾਂ ਕਹੇ ਕਹਤਾ ਹੁਣ ਤਾਂ ਮੈਂ ਲੈਟਰ ਲਿਖੂੰਗਾ ਵੀ ਮੇਰਾ ਟੈਸਟ ਹੋਵੇ ਜਾਂ ਲਾਲ ਸਿੰਘ ਦਾ ਹੋ ਜਵੇ ਕਿਸ ਕੱਲ ਨੂੰ ਲੈ ਕੇ ਲਾਈਟ ਡਾਇਰੈਕਟਰ ਟੈਸਟ ਦੀ ਮੰਗ ਕਰ ਰਿਹਾ ਉਹ ਵੀ ਲਾਲ ਸਿੰਘ ਝੂਠ ਬੋਲਦਾ ਕੀ ਕਰਦਾ ਜੇ ਮੈਂ ਝੂਠ ਬੋਲਦਾ ਮੈਂ ਪਾਰਟੀ ਲਈ ਵਫਾਦਾਰ ਨਹੀਂ ਹਾਂ ਤਾਂ ਮੈਂ ਅਸਤੀਫਾ ਦੇਵਾਂਗਾ ਲਾਲ ਸਿੰਘ ਦਾ ਕਿਉਂਕਿ ਲਾਲ ਸਿੰਘ ਹਰ ਇਲੈਕਸ਼ਨ ਚ ਆਕਾਲੀਆਂ ਨਾਲ ਦੂਸਰੇ ਲੋਕਾਂ ਨਾਲ ਫਿਕਸਿੰਗ ਕਰਦਾ ਹੈ ਜੇ ਆਪਾਂ ਆਪਣੇ ਖਾਤਰ ਫਿਕਸਿੰਗ ਕਰਦਾ ਹੈ ਕਿ ਮੈਂ ਜਿੱਤਾਂ ਜੁਮਾ ਬਾਕੀ ਹਰ ਜਣ ਕਾਂਗਰਸ ਉਹ ਨੰਗਾ ਹੋ ਜਾਊਗਾ ਉਹਦੇ ਪੈਸੇ ਮੈਂ ਖਰਤੂੰਗਾ ਹੁਣ ਬਨੀਦੁੱਲੋ ਚੌਂ ਮੈਦਾਨ ਦੇ ਵਿੱਚ ਹੈ ਕਿ ਸਮਰਥਨ ਕਰੋਗੇ ਉਸ ਦਾ ਬਿਲਕੁਲ ਨਹੀਂ ਜੇ ਉਹਦੇ ਖਿਲਾਫ ਕੋਈ ਵਰਕ ਆ ਹੁੰਦਾ ਮੈਂ ਉਹਦੇ ਜਲਸਿਆਂ ਚ ਬੋਲਦਾ ਇਹ ਐਫਸੀਆਈ ਤੋਂ ਰਟਾਇਰ ਹੋਇਆ ਬੰਦਾ ਪਹਿਲਾਂ ਇਹਨੂੰ ਐਮਐਲਏ ਦਾ ਸੀ ਇਹਦਾ ਕਾਂਗਰਸ ਕੀ ਯੋਗਦਾਨ ਹੈ ਜੇ ਕਿਸੇ ਵਰਕਰ ਨੂੰ ਟਿਕਟ ਦਿੱਤਾ ਹੁੰਦਾ ਮੈਂ ਆਪਣੇ بیٹے ਦੇ ਖਿਲਾਫ ਜਾਂਦਾ ਹੁਣ ਤਾਂ ਇਹ ਕਰੋ ਅਰਪਤੀ ਕਰੋਨਾ ਪਤੀ ਹੈ ਅਰਪਤੀ ਮੈਨੂੰ ਪਤਾ ਨਹੀਂ ਕਿੰਨੇ ਕਰੋੜ ਹੈ ਐਫਸੀਆਈ ਦੇ ਮੈਨੂੰ ਜਾਣਦੀਆਂ ਤੁਸੀਂ ਲੋਕ ਕੀ ਕਹਿੰਦੇ ਨੇ ਐਫਸੀਆਈ ਨੂੰ ਯਾਨੀ ਸਿੱਧਾ ਤੇ ਡਾਕਟਰ ਅਮਰ ਸਿੰਘ ਦਾ ਤੁਸੀਂ ਸਮਰਥਨ ਨਹੀਂ ਕਰਦੇ ਮੈਂ ਜਿਹੜੀ ਗੱਲ ਕਰਦਾ ਮੈਂ ਮਾਫੀਆ ਮੈਂ ਕਰੋੜਾ ਪਤੀ ਦੇ ਤੇ ਕਾਂਗਰਸ ਕਲ ਸਰ ਦੇ ਖਿਲਾਫ ਟਿਕਟ ਦਿੱਤੀ ਹੈ ਮੈਂ ਘਰ ਬਹਿ ਜੂਗਾ ਪਰ ਇਹਨਾਂ ਲੋਕਾਂ ਦੀ ਜਿਹੜੇ ਲੋਕ ਨੇ ਕਹਿੰਨਾ ਮੈਂ ਬੰਦੂਆ ਮਜ਼ਦੂਰ ਹੈ ਕਾਂਗਰਸ ਦਾ ਸਵਾਹੀ ਹੈ ਮੈਂ ਚੰਗੇ ਕਾਂਗਰਸ ਦੀ ਸਪੌਟਰ ਔਰ ਇੱਕ ਮਿੰਟ ਤੁਹਾਨੂੰ ਮੈਂ ਦੱਸ ਦਣਾ ਇੱਕ ਮੱਧ ਪ੍ਰਦੇਸ਼ ਦੇ ਵਿੱਚ ਜੋ ਮੈਨੂੰ ਮੈਂ ਪਾਲੀ ਜਵਾਹਰ ਲਾਲ ਨਹਿਰੂ ਐਮਪੀ ਦਾ ਇਲੈਕਸ਼ਨ ਹੋ ਰਹੀ ਸੀ ਉੱਥੇ ਸਮੋਦਨ ਕਰਨ ਗਏ ਸੀ ਇੱਕ ਬੰਦੇ ਨੇ ਇੱਕ ਵਰਕਰ ਨੇ ਬਜ਼ੁਰਗ ਨੇ ਕਾਂਗਰਸੀ ਨੇ ਉਹਨੂੰ ਰੋਕ ਕੇ ਕਿਹਾ ਕਿ ਨਹਿਰੂ ਜੀ ਆ ਜਿਹੜਾ ਤੁਹਾਡਾ ਕੈਂਡੀਡੇਟ ਹੈ ਇਹ ਤਾਂ ਇਹ ਨਿਕਰ ਦਾ ਕੰਮ ਕਰਦਾ ਹੈ ਨਾ ਜਾਇ ਸ਼ਰਾਬ ਵੇਚਦਾ ਹੈ ਨਹਿਰੂ ਜੀ ਨੇ ਉਹਦੀ ਗੱਲ ਸੁਣ ਲਈ ਸਤਿਜ ਤੇ ਬੋਲ ਕੇ ਆਏ ਕਿ ਹਮਸੇ ਗਲਤੀ ਹੋਈ ਹੈ ਅਸੀਂ ਨੇ ਗਲਤ ਆਦਮੀ ਨੂੰ ਟਿਕਟ ਦਿੱਤਾ ਤੇ ਆਪ ਜਿਸ ਕੋ ਮਰਜੀ ਬੋਲ ਡਾਲੋ نیچے ਉਤਰ ਜਾਏ ਇਹ ਕਲਚਰ ਜੀ ਕਾਂਗਰਸ ਦਾ ਕਾਂਗਰਸ ਤੇ ਹੈ ਕਲਚਰ ਤੁਹਾਨੂੰ ਲੱਗਦਾ ਹੈ ਕਲਚਰ ਨੂੰ ਫੋਲੋ ਕੀਤਾ ਜਾ ਰਿਹਾ ਹੈ ਕਾਂਗਰਸ ਦਾ ਕਲਚਰ ਵਿਗੜ ਰਿਹਾ ਹੈ ਭਗਾੜਿਆ ਜਾ ਰਿਹਾ ਹੈ ਅਸੀਂ ਗੱਲ ਕਰਦੇ ਆ ਕਾਮਨ ਮੈਨ ਦੀ ਸਰਜੀ ਅਸੀਂ ਪੈਸੇ ਵਾਲਿਆਂ ਨੂੰ ਦਿੰਦੇ ਆ ਕਰੋੜਾਪਤੀ ਪੈਸੇ ਵਾਲਿਆਂ ਨੂੰ ਕਰੋੜਾਪਤੀ ਇਹ ਹੇਠਲੇ ਪੱਧਰ ਤੇ ਹੋ ਰਿਹਾ ਜਾਂ ਉੱਪਰਲੇ ਪੱਧਰ ਤੇ ਵੀ ਇਹੀ ਸਭ ਚੱਲ ਰਿਹਾ ਇਹਨਾਂ ਨੇ ਇਹ ਪੰਜਾਬ ਵਾਲਿਆਂ ਨੇ ਕਰਾਇਆ ਜੋ ਕਰਾਇਆ ਸਾਰਾ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਫੀਡਬੈਕ ਹੀ ਨਹੀਂ ਦਿੱਤੀ ਇਹਨਾਂ ਨੇ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਰਾਜਨੀਤੀ ਦੀ ਪੇਂਟ ਜਿਹੜਾ ਉਹ ਪਰਿਵਾਰ ਨਹੀਂ ਚੱਲਣਾ ਚਾਹੀਦਾ ਲੇਕਿਨ ਹੁਣ ਸਿੱਧੇ ਤੌਰ ਤੇ ਬਣੀ ਜਿਸ ਤਰ੍ਹਾਂ ਨਾਲ ਚੋਣ ਲੜ ਰਿਹਾ ਹੈ ਹਰਬੰਸ ਕੋਰ ਦੂ ਲੋ ਤੁਹਾਡੀ ਧਰਮ ਪਤਨੀ ਦੀ ਗੱਲ ਕਰੀਏ ਉਹ ਆਮ ਆਦਮੀ ਪਾਰਟੀ ਚ ਚਲੇ ਗਏ ਉਹਨਾਂ ਨੂੰ ਵੀ ਪਾਰਟੀ ਨੇ ਟਿਕਟ ਦਿੱਤਾ ਹਾਲਾ ਕਿ ਉਹ ਚੋਣ ਨਹੀਂ ਲੜੇ ਬਣੀ ਨੇ ਚੋਣ ਲੜਿਆ ਤੇ ਕੀ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਜਾਂ ਫਿਰ ਪਾਰਟੀ ਨਾਲ ਹਜੇ ਵੀ ਕੁਝ ਪਹਿਲੀ ਗੱਲ ਤਾਂ ਇਹ ਹੈ ਜਿ ਪਿਕਨ ਟੂਜ਼ ਨਹੀਂ ਕਰਨੀ ਚਾਹੀਦੀ ਪੰਜੀਤ ਕੌਰ ਨੂੰ ਕਿਉਂ ਟਿਕਟ ਦਿੱਤਾ ਗਿਆ ਬਾਈ ਲਾਲ ਸਿੰਘ ਦੇ ਮੁੰਡੇ ਨੂੰ ਕਿਉਂ ਟਿਕਟ ਦਿੱਤਾ ਗਿਆ ਹੈਂ ਬਿਆਨ ਸਿੰਘ ਦੀ ਫੈਮਿਲੀ ਕੰਨੀਆਂ ਟ੍ਰੈਕਟਰਾਂ ਦਿੱਤੀਆਂ ਨੇ ਪੱਕਣ ਤੂਜ਼ ਨਹੀਂ ਹੋਣੀ ਚਾਹੀਦੀ ਸਿਧਾਂਤ 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 ਸਾਹਿਬ ਲਈ ਜੇ ਇਹਨਾਂ ਨੂੰ ਮਿਲਿਆ ਤਾਂ ਸਾਡੇ ਮੁੰਡੇ ਨੂੰ ਠੀਕ ਹੈ ਰਾਇਮੋਕਰੇਸੀ ਹੈ ਇੱਕ ਘਰ ਦੇ ਵਿੱਚ ਕੋਈ ਇਕੱਲੀ ਨੂੰ ਵੋਟ ਪਾਉਂਦਾ ਕੋਈ ਆਪ ਨੂੰ ਬਾ ਦਿੰਦਾ ਕੋਈ ਹਾ ਕਮਿਊਨਿਸਟਾਂ ਨੂੰ ਬਾ ਦਿੰਦਾ ਕੋਈ ਆਪਾਂ ਨੂੰ ਤਾਂ ਆਪਣੇ ਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਤੁਹਾਡੇ ਘਰ ਦੇ ਕਿਹਨੂੰ ਵੋਟਾਂ ਪਾਦਣ ਹੈ ਕੋਈ ਡੈਮੋਕਰੇਸੀ ਚ ਨਾ ਕੋ ਕੈਸਾ ਦਾ ਤੱਕੇ ਨਾ ਵੀ ਵੋਟਾਂ ਪਾ ਲੋਕ ਰਾਜ ਹੁਣ ਤੁਸੀਂ ਦੇਖੋ ਸੰਧੀਆ ਫੈਮਿਲੀ ਲਾਲੋ ਮਾਂ ਬੀਜੇਪੀ ਚ ਮੁੰਡਾ ਕਾਂਗਰਸ ਚ ਹੈ ਜੀ ਸ਼ਤਰੂਗੜ੍ਹ सिन्हा ਆਪ ਪਟਨਾ ਤੋਂ ਡਾੜਿਆ ਘਰ ਵਾਲੀ ਸਪਾ ਤੋਂ ਉਹ ਉਹਦੇ ਕਾਗਜ਼ ਪੜਾਉਣ ਗਿਆ ਲਾਲ ਸਿੰਘ ਨੂੰ ਨਹੀਂ ਦਿਖਿਆ ਕਲਨ ਸਿੰਘ ਡਾਕਟਰ ਕਲਨ ਸਿੰਘ ਸੈਂਟਰ ਦਾ ਹਾਈ ਕਮਾਂਡ ਦਾ ਮੁੰਡਾ ਰਾਜ ਸਭਾ ਮੈਂਬਰ ਸਾਡੇ ਨਾ ਉਹਦਾ ਮੁੰਡਾ ਹੁਣੇ ਜੇ ਪਿੱਛੇ ਜੇ ਬੀਜੇਪੀ ਦਾ ਐਮਐਲਏ ਸੀ ਬਣ ਗਿਆ ਇਕ ਅਪੀਲ ਇਹ ਪੀ ਪੀਪੀ ਦਾ ਮਿਲਿਆ ਇਹਨਾਂ ਬਾਰੇ ਤਾਂ ਲਾਲ ਸਿੰਘ ਚੁੱਪਾ ਹੈ ਵੀ ਇਹ ਕੀ ਗੱਲ ਹੈ ਲੇਕਿਨ ਦੁੱਲਾ ਸਾਹਿਬ ਇੱਕ ਆਡੀਓ ਵੀ ਵਾਇਰਲ ਹੋ ਰਿਹਾ ਤੁਹਾਡੀ ਧਰਮ ਪਤਨੀ ਦਾ ਜਿਹਦੇ ਵਿੱਚ ਸਿੱਧੇ ਤੌਰ ਤੇ ਆ ਨਿਕਲ ਕੇ ਸਾਹਮਣੇ ਆਇਆ ਕਿ ਉਹਦੇ ਨਹੀਂ ਦਿੱਤੇ ਗਏ ਚੇਅਰਮੈਨੀਆਂ ਨਹੀਂ ਦਿੱਤੀਆਂ ਗਿਆ ਉਸ ਦੀ ਟੀਜ਼ ਨਜ਼ਰ ਆ ਰਹੀ ਜੀ ਹੋਊਗੀ ਮੈਨੂੰ ਨਹੀਂ ਪਤਾ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਉਹਦੇ ਮلال ਹੈ ਕਿ ਤੁਹਾਡੇ ਪਰਿਵਾਰ ਨੂੰ ਦਰਕੇਨਾਰ ਕੀਤਾ ਗਿਆ ਨਹੀਂ ਨਹੀਂ ਦੇਖੋ ਮੈਂ ਆਪਣੀ ਗੱਲ ਕਰਦਾ ਹਾਂ ਪਰਵਾਰ ਦੀ ਆਪਣੀ ਸੋਚ ਹੈ ਹੁਣ ਮੇਰਾ ਮੈਂ ਤਾਂ ਉਹ ਨਹੀਂ ਹੈ ਜੇ ਉਹ ਵੀਕਰ ਹਾਲੀ ਕੈਨ ਨਹੀਂ ਮੰਨਦੀ ਉਹਨੂੰ ਗੱਤ ਕਰ ਫੜ ਕੇ ਹੰਤਰਾਓ ਇਹ ਮੇਰਾ ਕਲਚਰ ਨਹੀਂ ਹੈ ਮੇਰਾ ਇਹ ਹੈ ਵੀ ਮੈਂ ਲਈ ਆਪਣੀਆਂ ਡਿਆਲੋਜੀ ਮੇਰੀ ਆਪਣੀ ਸੋਚ ਉਹ ਐਮਐਲਏ ਬਣੀ ਅਮਰਿੰਦਰ ਸਿੰਘ ਨੇ ਉਹਨੂੰ ਚੇਅਰਮੈਨ ਬਣਾਇਆ ਅਮਰਿੰਦਰ ਸਿੰਘ ਨੇ ਉਹਨੂੰ ਮਨਿਸਟਰ ਬਣਾਇਆ ਠੀਕ ਹੈ ਮੈਂ ਤਾਂ ਨਹੀਂ ਕਿਹਾ ਵੀ ਉਹਦੀ ਸਿਫਾਰਿਸ਼ ਕੀਤੀ ਵੀ ਉਹਨੂੰ ਬਣਾਓ ਮੈਂ ਨਹੀਂ ਕੀਤੀ ਇਸ ਕਰਕੇ ਉਹਦੀ ਪੋਲਿਟਿਕਸ ਆਪਣੀਆਂ ਮੇਰੀਆਂ ਆਪਣੀਆਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਰਕਿਰਤਾਕਾਂ ਦੀ ਆਵਾਜ਼ ਨੂੰ ਸੁਣ ਰਹੇ ਨੇ ਜਾਂ ਫਿਰ ਉਹ ਵੀ ਉਸੇ ਨੀਤੀ ਤੇ ਚੱਲ ਰਹੇ ਨੇ ਜਿਸ ਜਿਸ ਨੀਤੀ ਤੇ ਤੁਸੀਂ ਦੂਜੇ ਆਗੂਆਂ ਤੇ આરોਪ ਲਾ ਰਹੇ ਹੋ ਜੇ ਸਰਪੰਚ ਕੋਲ ਨੂੰ ਕੈਪਟਨ ਮਿਲਿਆ ਹੁੰਦਾ ਤਿੰਨ ਦਿਨ ਧੱਕੇ ਖਾ ਕੇ ਆ ਗਈ ਤਾਂ ਉਹ ਕਹਨ ਉਹ ਬਾਗੀ ਹੁੰਦੀ ਦੇਖੋ ਕਾਫੀ ਵੱਡੇ ਆਰੋਪ ਜਿਹੜੇ ਨੇ ਉਹ ਸਿੱਧੇ ਤੌਰ ਤੇ ਸ਼ਮਸ਼ੇਰ ਸਿੰਘ ਦੁੱਲੋ ਜਿਹੜੇ ਨੇ ਉਹ ਪੰਜਾਬ ਦਾ ਨੇਤਰਤਵ ਕਰਨ ਵਾਲੇ ਕਾਂਗਰਸੀ ਆਗੂਆਂ ਤੇ ਲਾਂਦੇ ਹੋਏ ਨਜ਼ਰ ਆਏ ਨੇ ਵੇਖਣਾ ਹੋਏਗਾ ਕਿ ਇਹਨਾਂ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸੀ ਧੜਾ ਜਿਹੜਾ ਉਹ ਕਿਸ ਤਰ੍ਹਾਂ ਦੇ ਪ੍ਰਤੀਕਿਰਿਆ ਜਿਹੜੀ ਆ ਉਹ ਦਿੰਦਾ ਹੋਇਆ ਨਜ਼ਰ ਆਏਗਾ ਲੇਕਿਨ ਇੱਕ ਵੱਡਾ ਸਵਾਲ ਇਹਨਾਂ ਨੇ ਟਿਕਟਾਂ ਦੇ ਆਵੰਟਨ ਤੇ ਜ਼ਰੂਰ ਚੁੱਕਤਾ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸੀ ਖੇਮੇ ਦੇ ਵਿੱਚ ਵੱਡਾ ਕਮਾਸਾਨ ਹੋਣ ਵਾਲਾ ਹੈ ਕੈਮਰਾਮੈਨ ਮੋਹਨ ਸਿੰਘ ਦੇ ਨਾਲ ਵਿਨਿਤ ਕਪੂਰ ਲਿਵਗ੍ਰੀਡਾ ਨਿਊਜ਼ ਚੰਡੀਗੜ੍ਹ